ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸ ਨੂੰ ਲੈ ਕੇ ਆਨਲਾਈਨ ਠੱਗੀਆਂ ਦਾ ਲੋਕ ਸ਼ਿਕਾਰ ਹੋ ਰਹੇ ਨੇ। ਤਾਂ ਪਹਿਲਾਂ 2-4 ਵਾਰੀ ਇਹ ਐਪ ਰਾਹੀਂ ਲੋਕਾਂ ਦੇ ਅਕਾਊਂਟ ਦੇ ਵਿੱਚ ਡਬਲ ਕਰਕੇ ਪੈਸੇ ਜਿਹੜੇ ਪਾ ਦਿੰਦੇ ਨੇ, ਭਾਵੇਂ ਕਿਉਂਕਿ ਅੱਜ ਕੱਲ੍ਹ ਹਰ ਇਨਸਾਨ ਬਿਨਾਂ ਮਿਹਨਤ ਤੋਂ ਅਮੀਰ ਬਣਨਾ ਚਾਹੁੰਦਾ। ਆਨਲਾਈਨ ਠੱਗੀਆਂ ਬਹੁਤ ਹੋ ਰਹੀਆਂ ਨੇ ਐਪ ਦੇ ਉੱਤੇ ਜਾਂ ਫਿਰ ਗੂਗਲ ਦੇ ਉੱਤੇ, ਬਹੁਤ ਜਾਅਲੀ ਨੰਬਰ ਜਿਹੜੇ ਕਈ ਇੱਦਾਂ ਦੇ ਸਾਈਬਰ ਠੱਗਾਂ ਨੇ ਆਪਣੇ ਲਗਾਏ ਹੋਏ ਨੇ, ਜਿਸ ਤੋਂ ਬਾਅਦ ਕਈ ਇਨਸਾਨ ਉੱਤੇ ਫੋਨ ਕਰਦੇ ਨੇ। ਅੱਜ ਕੱਲ੍ਹ ਸਾਈਬਰ ਕ੍ਰਾਈਮ ਦੇ ਮਾਮਲੇ ਲਗਾਤਾਰ ਵੱਧ ਰਹੇ ਨੇ, ਜਿਸ ਨੂੰ ਲੈ ਕੇ ਆਨਲਾਈਨ ਠੱਗੀਆਂ ਦਾ ਲੋਕ ਸ਼ਿਕਾਰ ਹੋ ਰਹੇ ਨੇ। ਭਾਵੇਂ ਸਮੇਂ ਸਿਰ ਪੁਲਿਸ ਪ੍ਰਸ਼ਾਸਨ ਲੋਕਾਂ ਨੂੰ ਅਵੇਅਰ ਕਰਦਾ, ਪਰ ਕਿਤੇ ਨਾ ਕਿਤੇ ਲੋਕ ਇਹਨਾਂ ਠੱਗਾਂ ਦੇ ਝਾਂਸਿਆਂ ਦੇ ਜ਼ਰੂਰ ਆ ਜਾਂਦੇ, ਜਿਸ ਦੇ ਕਾਰਨ ਆਪਣੀ ਮਿਹਨਤ ਦੀ ਕਮਾਈ ਇਹਨਾਂ ਠੱਗਾਂ ਦੇ ਝਾਂਸੇ ਦੇ ਵਿੱਚ ਆਣ ਕੇ ਗਵਾ ਬੈਠਦੇ ਨੇ। ਤਾਂ ਇੱਦਾਂ ਦੇ ਇੱਕ ਹੋਰ ਅਜੀਬੋ ਗਰੀਬ ਮਾਮਲਾ ਹੁਣ ਸਾਹਮਣੇ ਆਇਆ ਕਿ ਹੁਣ ਇਹ ਜਿਹੜੇ ਸਾਈਬਰ ਕ੍ਰਾਈਮ ਵਾਲੇ ਠੱਗ ਨੇ, ਇਹਨਾਂ ਵੱਲੋਂ ਫੋਨ ਦੇ ਉੱਤੇ ਜਾਅਲੀ ਆਈਡੀਆਂ ਬਣਾ ਕੇ ਜਾਂ ਫਿਰ ਐਪ ਜਾਅਲੀ ਬਣਾ ਕੇ ਉਹਨਾਂ ਦੇ ਉੱਤੇ ਲੋਕਾਂ ਨੂੰ ਝਾਂਸਾ ਦਿੱਤਾ ਜਾਂਦਾ ਕਿ ਤੁਹਾਡੇ ਪੈਸੇ ਡਬਲ ਹੋਣਗੇ, ਅਗਰ ਤੁਸੀਂ ਇਨਵੈਸਟ ਕਰਦੇ ਹੋ ਤਾਂ ਤੁਹਾਡੇ ਪੈਸੇ ਡਬਲ ਹੋ ਕੇ ਤੁਹਾਡੇ ਅਕਾਊਂਟ ਦੇ ਵਿੱਚ ਆਉਣਗੇ, ਤੁਸੀਂ ਸਾਡੇ ਨਾਲ ਬਿਜ਼ਨਸ ਕਰੋ, ਅਸੀਂ ਇਨਵੈਸਟਮੈਂਟ ਕਰਾਂਗੇ ਤੁਹਾਡੀ। ਤਾਂ ਇਸ ਨੂੰ ਲੈ ਕੇ ਪਹਿਲਾਂ ਇਹ ਹਰ ਇਨਸਾਨ ਨੂੰ ਥੋੜ੍ਹੇ ਪੈਸੇ ਲਗਾਉਣ ਵਾਸਤੇ ਕਹਿੰਦੇ ਨੇ ਕਿ ਅਗਰ ਤੁਸੀਂ 500 ਲਗਾਓਗੇ ਤੁਹਾਨੂੰ 1000 ਤੁਹਾਡੇ ਅਕਾਊਂਟ ਦੇ ਵਿੱਚ ਆ ਜਾਣਗੇ, 300 ਲਗਾਓਗੇ 600 ਆ ਜਾਏਗਾ। ਤਾਂ ਇਸ ਤਰੀਕੇ ਦੇ ਨਾਲ ਝਾਂਸੇ ਦੇ ਵਿੱਚ ਲੈਂਦੇ ਨੇ। ਤਾਂ ਪਹਿਲਾਂ 2-4 ਵਾਰੀ ਇਹ ਐਪ ਰਾਹੀਂ ਲੋਕਾਂ ਦੇ ਅਕਾਊਂਟ ਦੇ ਵਿੱਚ ਡਬਲ ਕਰਕੇ ਪੈਸੇ ਜਿਹੜੇ ਪਾ ਦਿੰਦੇ ਨੇ। ਭਾਵੇਂ ਅਗਰ ਮੰਨ ਲਓ ਕਿਸੇ ਇਨਸਾਨ ਨੇ 500 ਲਾਇਆ ਤਾਂ 500 ਰੁਪਏ ਡਬਲ ਕਰਕੇ ਪਾ ਦੇਣਾ, ਅਗਰ ਕਿਸੇ ਇਨਸਾਨ ਨੇ 1000 ਲਾਇਆ ਤਾਂ 2000 ਪਾ ਦੇਣਾ। ਤਾਂ ਜਦੋਂ ਇਨਸਾਨ ਨੂੰ ਖੁਸ਼ ਹੋ ਜਾਂਦਾ ਕਿ ਹਾਂ ਮੈਂ ਤਾਂ ਕੋਈ ਮਿਹਨਤ ਕਰਨੀ ਨਹੀਂ ਪਈ, ਮੇਰੇ ਪੈਸੇ ਜਿਹੜੇ 500 ਸੀ ਉਹਦਾ 1000 ਬਣ ਗਿਆ, ਤਾਂ ਉਸ ਤੋਂ ਬਾਅਦ ਇਨਸਾਨ ਇਸ ਅਮਾਊਂਟ ਨੂੰ ਵਧਾਉਂਦਾ ਜਾਂਦਾ। ਜਦੋਂ ਹਜ਼ਾਰਾਂ ਦੇ ਨਾਲ ਨਾਲ ਇਹ ਲੱਖਾਂ ਦੇ ਵਿੱਚ ਪਹੁੰਚ ਜਾਂਦੀ ਹੈ, ਫਿਰ ਸਾਈਬਰ ਕ੍ਰਾਈਮ ਦੇ ਜਿਹੜੇ ਠੱਗ ਨੇ ਉਹਨਾਂ ਦੀ ਮਿਹਨਤ ਦੀ ਕਮਾਈ ਉਹਨਾਂ ਦੇ ਖਾਤਿਆਂ ਦੇ ਵਿੱਚ ਨਹੀਂ ਪਾਉਂਦੇ, ਉਹਨਾਂ ਨੂੰ ਆਪਣੇ ਖਾਤਿਆਂ ਦੇ ਵਿੱਚ ਪਾ ਕੇ ਉਸ ਤੋਂ ਬਾਅਦ ਐਪ ਨੂੰ ਹੈਂਗ ਕਰ ਦਿੰਦੇ ਨੇ ਜਾਂ ਫਿਰ ਐਪ ਦੇ ਉੱਤੇ ਕੋਈ ਵੀ ਐਕਟੀਵਿਟੀ ਨਹੀਂ ਹੁੰਦੀ। ਜਿਸ ਨੂੰ ਲੈ ਕੇ ਇੱਕ ਮਾਮਲਾ ਮੋਹਾਲੀ ਦੱਸਿਆ ਜਾ ਰਿਹਾ, ਜਿੱਥੇ ਕਿ ਇਨਵੈਸਟ ਕਰਨ ਵਾਲੀ ਇੱਕ ਇੱਦਾਂ ਦੀ ਐਪ ਦੇ ਵਿੱਚ ਇੱਕ ਵਿਅਕਤੀ ਦੇ 3.5 ਕਰੋੜ ਰੁਪਈਆ ਦੱਸਿਆ ਜਾ ਰਿਹਾ ਕਿ ਉਹ ਜਿਹੜੇ ਇੱਦਾਂ ਦੇ ਸਾਈਬਰ ਠੱਗਾਂ ਨੇ ਉਡਾ ਲਏ ਨੇ, ਜਿਸ ਤੋਂ ਬਾਅਦ ਉਹ ਵਿਅਕਤੀ ਭੁੱਬਾ ਮਾਰ ਕੇ ਰੋ ਰਿਹਾ ਹੈ, ਕਿਉਂਕਿ ਅੱਜ ਕੱਲ੍ਹ ਹਰ ਇਨਸਾਨ ਬਿਨਾਂ ਮਿਹਨਤ ਤੋਂ ਅਮੀਰ ਬਣਨਾ ਚਾਹੁੰਦਾ ਹੈ ਜਾਂ ਫਿਰ ਬਿਨਾਂ ਵੈਰੀਫਾਈ ਕਰਨ ਤੋਂ ਉਹਨਾਂ ਦੇ ਉੱਤੇ ਪੈਸੇ ਨਾ ਲਗਾਏ ਜਾਣ, ਕਿਸੇ ਵੀ ਇਨਵੈਸਟ ਨਾ ਕੀਤੀ ਜਾਵੇ, ਕਿਉਂਕਿ ਅੱਜ ਕੱਲ੍ਹ ਆਨਲਾਈਨ ਠੱਗੀਆਂ ਬਹੁਤ ਹੋ ਰਹੀਆਂ ਨੇ ਐਪ ਦੇ ਉੱਤੇ ਜਾਂ ਫਿਰ ਗੂਗਲ ਦੇ ਉੱਤੇ, ਬਹੁਤ ਜਾਅਲੀ ਨੰਬਰ ਜਿਹੜੇ ਕਈ ਇੱਦਾਂ ਦੇ ਸਾਈਬਰ ਠੱਗਾਂ ਨੇ ਆਪਣੇ ਲਗਾਏ ਹੋਏ ਨੇ, ਜਿਸ ਤੋਂ ਬਾਅਦ ਕਈ ਇਨਸਾਨ ਉਸਦੇ ਉੱਤੇ ਫੋਨ ਕਰਦੇ ਨੇ, ਫਿਰ ਉਹ ਕਹਿੰਦੇ ਅਸੀਂ ਫਲਾਣੀ ਕੰਪਨੀ ਤੋਂ ਬੋਲਦੇ ਹਾਂ, ਉਸ ਕੰਪਨੀ ਵਿੱਚ ਅਗਰ ਤੁਸੀਂ ਇੰਨੇ ਦਾ ਸਮਾਨ ਖਰੀਦਦੇ ਹੋ ਤਾਂ ਤੁਹਾਨੂੰ ਇੰਨਾ ਫਾਇਦਾ ਹੋਏਗਾ। ਇੱਕ ਬੀਤੇ ਦਿਨੀ ਨਿਊ ਚੰਡੀਗੜ੍ਹ ਦਾ ਮਾਮਲਾ ਵੀ ਸਾਹਮਣੇ ਆਏਗਾ, ਤੁਹਾਨੂੰ ਯਾਦ ਹੋਏਗਾ ਅਸੀਂ ਆਪਣੇ ਚੈਨਲ ਰਾਹੀਂ ਵੀ ਖਬਰ ਦਿਖਾਈ ਸੀ, ਇੱਕ ਵਿਅਕਤੀ ਨੇ ਜਦੋਂ ਸਿਮੈਂਟ ਸਟੋਰ ਕੀਤਾ ਹੁੰਦਾ ਤਾਂ ਉਹਨਾਂ ਨੂੰ ਇੱਕ ਕੰਪਨੀ ਦਾ ਨੰਬਰ ਜਦੋਂ ਉਹਨਾਂ ਨੇ ਗੂਗਲ ਸਰਚ ਕੀਤਾ ਤਾਂ ਗੂਗਲ ਦੇ ਉੱਤੇ ਨੰਬਰ ਆ ਜਾਂਦਾ, ਸਰਚ ਮਾਰ ਕੇ ਜਦੋਂ ਫੋਨ ਕਰਦੇ ਨੇ ਤਾਂ ਉਹ ਕਹਿੰਦੇ ਨੇ ਕਿ ਹਾਂ ਸਾਡੀ ਫਲਾਣੀ ਜਗ੍ਹਾ ਪਲਾਂਟ ਹੈ, ਉਸ ਜਗ੍ਹਾ ਦੇ ਉੱਤੇ ਸਿਮਿੰਟ ਦਾ ਤੁਹਾਨੂੰ ਅਗਰ 1000 ਬੋਰੀ ਤੁਸੀਂ ਖਰੀਦਦੇ ਹੋ ਤਾਂ ਤੁਹਾਨੂੰ ਇਸ ਪਾਸੇ ਡੀਲਰ ਬਣਾ ਦਿੱਤਾ ਜਾਵੇਗਾ, ਤੁਹਾਨੂੰ ਇੰਨਾ ਫਾਇਦਾ ਹੋਵੇਗਾ, ਕਈ ਤਰ੍ਹਾਂ ਝਾਂਸੇ ਦਿੱਤੇ ਗਏ। ਤਾਂ ਉਹਨਾਂ ਜਿਹੜੇ ਸਾਈਬਰ ਠੱਗ ਨੇ ਜਿਹਨਾਂ ਆਨਲਾਈਨ ਠੱਗੀਆਂ ਕਰਦੇ ਨੇ, ਤਾਂ ਉਹ ਪਹਿਲਾਂ ਝਾਂਸਾ ਦੇ ਕੇ ਕਹਿੰਦੇ ਨੇ ਕਿ ਤੁਸੀਂ ਇੰਨੇ ਥੈਲੇ ਸਿਮਿੰਟ ਦੇ ਮੰਗਾਓ ਜਾਂ ਇੰਨਾ ਸਮਾਨ ਮੰਗਾਓ, ਉਸ ਤੋਂ ਬਾਅਦ ਤੁਹਾਡੇ ਕੋਲ ਪਹੁੰਚ ਜਾਏਗਾ, ਉਸ ਤੋਂ ਬਾਅਦ ਤੁਹਾਨੂੰ ਇੰਨਾ ਫਾਇਦਾ ਹੋਏਗਾ। ਤਾਂ ਉਸ ਵਿਅਕਤੀ ਨੂੰ ਵੀ ਝਾਂਸੇ ਦੇ ਵਿੱਚ ਇਸ ਤਰੀਕੇ ਨਾਲ ਲਿਆ ਕਿ ਉਸਦੇ ਜਿਹੜੇ 500 ਜਾਂ 1000 ਥੈਲੇ ਜਿਹੜਾ ਸਿਮਿੰਟ ਦਾ ਆਉਣਾ ਸੀ ਉਸਦੇ ਪੈਸੇ ਉਹਨਾਂ ਨੇ ਆਪਣੇ ਕੋਲ ਹੀ ਰੱਖ ਲਏ, ਉਸ ਤੋਂ ਬਾਅਦ ਫੋਨ ਚੁੱਕਣਾ ਬੰਦ ਕਰ ਦਿੱਤਾ, ਤਾਂ ਉਹ ਇਨਸਾਨ ਵੀ ਠੱਗੀ ਸ਼ਿਕਾਰ ਹੋਇਆ ਸੀ। ਤਾਂ ਇਸ ਨੂੰ ਲੈ ਕੇ ਹੁਣ ਪੁਲਿਸ ਵੱਲੋਂ ਲੋਕਾਂ ਨੂੰ ਅਵੇਅਰ ਕਰਨ ਵਾਸਤੇ ਅੱਜ
ਕ੍ਰਾਈਮ ਦੇ ਸੀਨੀਅਰ ਅਫਸਰ SP ਹਰਿੰਦਰ ਮਾਨ ਵੱਲੋਂ ਸਪੈਸ਼ਲ ਅਪੀਲ ਲੋਕਾਂ ਨੂੰ ਕੀਤੀ ਹੈ। ਪਹਿਲਾਂ ਤੁਸੀਂ ਉਹ ਵੀਡੀਓ ਸੁਣੋ, ਉਸ ਤੋਂ ਬਾਅਦ ਕਰਾਂਗੇ ਪੂਰੀ ਗੱਲ। ਲਗਾਤਾਰ ਦੇਖਣ ਜਾ ਰਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਮੋਹਾਲੀ ਦੇ ਇਲਾਕੇ ਦੇ ਵਿੱਚ ਕਾਫੀ ਪੜ੍ਹੇ ਲਿਖੇ ਲੋਕ ਵੀ ਰਹਿੰਦੇ ਨੇ, ਲੇਕਿਨ ਫਿਰ ਵੀ ਇੱਕ ਮਤਲਬ ਸੋਸ਼ਲ ਮੀਡੀਆ ਦੇ ਰਾਹੀਂ ਉਹ ਜਿਹੜੀ ਸਾਈਬਰ ਠੱਗੀ ਦੇ ਸ਼ਿਕਾਰ ਹੋ ਰਹੇ ਨੇ, ਇਹਨੂੰ ਆਪਾਂ ਕਿਸ ਤਰੀਕੇ ਦੀ ਐਡਵਾਈਜ਼ਰੀ ਆਪਾਂ ਦੇਣੀ ਚਾਹਾਂਗੇ ਜੀ? ਤੁਹਾਡੇ ਮਾਧਿਅਮ ਨਾਲ ਮੈਂ ਲੋਕਾਂ ਨੂੰ ਅਵੇਅਰ ਕਰਨਾ ਚਾਹੂੰਗਾ ਕਿ ਹੁਣ ਵੱਖ ਵੱਖ ਤਰ੍ਹਾਂ ਦੇ ਸਾਈਬਰ ਫਰੋਡ ਜੋ ਚੱਲ ਰਹੇ ਨੇ, ਜੋ ਅੱਜ ਕੱਲ੍ਹ ਇੱਕ ਸਭ ਤੋਂ ਜ਼ਿਆਦਾ ਸਾਈਬਰ ਫਰੋਡ ਚੱਲ ਰਿਹਾ, ਉਹ ਚੱਲ ਰਿਹਾ ਹੈਗਾ ਇਨਵੈਸਟਮੈਂਟ ਦਾ। ਤੁਹਾਨੂੰ ਸੋਸ਼ਲ ਮੀਡੀਆ ਰਾਹੀਂ ਲੋਕ ਜ਼ਿਆਦਾ ਰਿਟਰਨ ਦੇਣ ਦਾ ਭਰੋਸਾ ਦਿਵਾਉਂਦੇ ਨੇ, ਇਨਵੈਸਟਮੈਂਟ ਕਰਵਾਉਂਦੇ ਨੇ, ਉਹ ਆਪਣੀ ਹੀ ਇੱਕ ਨਵੀਂ ਐਪ ਬਣਾ ਕੇ ਤੁਹਾਨੂੰ ਉੱਥੇ ਰਿਟਰਨ ਸ਼ੋਅ ਕਰਦੇ ਰਹਿੰਦੇ ਨੇ। ਕੋਈ ਸ਼ੋਅ ਕਰਦਾ 500% ਰਿਟਰਨ ਹੋ ਗਈ ਜੀ, 600% ਰਿਟਰਨ ਹੋ ਗਈ, ਬਟ ਬਾਅਦ ਦੇ ਵਿੱਚ ਉਹ ਸਾਰਾ ਦਾ ਸਾਰਾ ਪੈਸਾ ਲੈ ਕੇ ਚਲੇ ਜਾਂਦੇ ਨੇ। ਇਹ ਲੇਟੈਸਟ ਬਹੁਤ ਜ਼ਿਆਦਾ ਹੋ ਰਿਹਾ ਕ੍ਰਿਪਟੋ ਕਰੰਸੀ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ 'ਤੇ, ਸਟੋਕਸ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ 'ਤੇ, ਅਤੇ ਸ਼ੇਅਰ ਮਾਰਕੀਟ ਦੇ ਵਿੱਚ ਇਨਵੈਸਟਮੈਂਟ ਕਰਨ ਦੇ ਨਾਮ 'ਤੇ। ਸੋ ਮੇਰੇ ਵੱਲੋਂ ਸਾਰੇ ਲੋਕਾਂ ਨੂੰ ਗੁਜ਼ਾਰਿਸ਼ ਹੈ ਕਿ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਆ ਤਾਂ ਵੈਰੀਫਾਈਡ ਪਲੈਟਫਾਰਮ ਤੋਂ ਹੀ ਕਰੋ, ਆਪਣੇ ਬੈਂਕ ਦੇ ਥਰੂ ਕਰੋ ਜਾਂ ਕੋਈ ਜੋ ਵੀ ਵੈਰੀਫਾਈਡ ਵੈਬਸਾਈਟਸ ਨੇ ਉਹਨਾਂ ਦੇ ਥਰੂ ਕਰੋ। ਕੋਈ ਵੀ ਸੋਸ਼ਲ ਮੀਡੀਆ ਤੋਂ ਅਨਵੈਰੀਫਾਈਡ ਪਲੈਟਫਾਰਮ ਤੋਂ ਕਦੇ ਵੀ ਕੋਈ ਇਨਵੈਸਟਮੈਂਟ ਵਗੈਰਾ ਨਾ ਕਰੋ। ਸਰ, ਇੱਕ ਲਗਾਤਾਰ ਦੇਖਣ ਜਾ ਰਿਹਾ ਕਿ ਫੇਸਬੁੱਕ ਦੇ ਕਾਫੀ ਲੋਕ ਯੂਜ਼ਰਸ ਨੇ ਉਹਦੇ, ਅਤੇ ਉਸਦੇ ਉੱਪਰ ਐਡਸ ਆ ਰਹੀਆਂ ਨੇ, ਅਤੇ ਕਾਫੀ ਮਤਲਬ ਰਿਨੋਨਡ ਪਰਸਨੈਲਿਟੀਜ਼ ਉਹਨੂੰ ਐਡਵਰਟਾਈਜ਼ਮੈਂਟ ਦੇ ਵਿੱਚ ਕਹਿ ਰਹੀਆਂ ਨੇ ਕਿ ਇਸਦੇ ਭਰੋਸੇਯੋਗ ਮਤਲਬ ਇਹ ਜਿਹੜੀ ਐਪ ਹੈ ਭਰੋਸੇਯੋਗ ਹੈ, ਅਸੀਂ 1 ਕਰੋੜ ਕਮਾਇਆ, ਤੁਸੀਂ ਵੀ 1 ਕਰੋੜ ਕਮਾਓ, ਅਤੇ ਉਹਨੂੰ ਆਪਾਂ ਇਸ ਨੂੰ ਨਕੇਲ ਪਾਉਣ ਲਈ ਕੋਈ ਕਾਰਵਾਈ ਅਮਲ 'ਚ ਲਿਆ ਰਹੇ ਹਾਂ। ਇਹਦੇ ਬਾਰੇ ਵੀ ਮੈਂ ਦੱਸਣਾ ਚਾਹੂੰਗਾ ਕਿ ਸੋਸ਼ਲ ਮੀਡੀਆ ਦੇ ਉੱਪਰ ਬਹੁਤ ਸਾਰੀਆਂ ਐਪਸ, ਅਨਵੈਰੀਫਾਈਡ ਐਪਸ ਅਵੇਲੇਬਲ ਹੈਗੀਆਂ ਨੇ ਫੇਸਬੁੱਕ ਦੇ ਜ਼ਰੀਏ ਜਾਂ ਕੋਈ ਹੋਰ ਸੋਸ਼ਲ ਮੀਡੀਆ ਪਲੈਟਫਾਰਮ ਦੇ ਜ਼ਰੀਏ। ਜੇ ਕੋਈ ਤੁਸੀਂ ਐਪ ਡਾਊਨਲੋਡ ਕਰਦੇ ਹੋ ਤਾਂ ਸਾਡਾ ਫੋਨ ਵਾਰਨਿੰਗ ਦਿੰਦਾ ਕਿ ਇਹ ਐਪ ਹਾਰਮਫੁਲ ਹੋ ਸਕਦੀ ਹੈ, ਬਟ ਅਸੀਂ ਉਹ ਵਾਰਨਿੰਗ ਨੂੰ ਇਗਨੋਰ ਕਰਕੇ ਅਸੀਂ ਉਹਨੂੰ ਡਾਊਨਲੋਡ ਕਰ ਲੈਂਦੇ ਹਾਂ। ਇਸ ਐਪ ਦੇ ਥਰੂ ਉਹ ਸਾਡੇ ਫੋਨ ਦਾ ਡਾਟਾ ਸਾਰਾ ਲੀਕ ਹੋ ਜਾਂਦਾ, ਅਤੇ ਇਹਦੇ ਥਰੂ ਵੀ ਬਹੁਤ ਸਾਰੇ ਲੋਕਾਂ ਨਾਲ ਠੱਗੀਆਂ ਹੋ ਰਹੀਆਂ ਨੇ। ਉਹਨਾਂ ਦੇ ਕ੍ਰੈਡਿਟ ਕਾਰਡਸ ਵਗੈਰਾ ਦੇ ਪਿੰਨ ਵਗੈਰਾ ਸਾਰੇ ਚਲੇ ਜਾਂਦੇ ਨੇ, ਉਹਨਾਂ ਦੀਆਂ ਫੋਟੋਜ਼ ਲੀਕ ਹੋ ਜਾਂਦੀਆਂ, ਕੰਟੈਕਟਸ ਲੀਕ ਹੋ ਜਾਂਦੇ ਨੇ। ਸੋ ਤੁਸੀਂ ਕੋਈ ਵੀ ਐਪਲੀਕੇਸ਼ਨ ਡਾਊਨਲੋਡ ਕਰਨੀ ਹੈ ਆਪਣੇ ਮੋਬਾਈਲ ਦੇ ਵਿੱਚ, ਉਹ ਵੀ ਤੁਸੀਂ ਜੋ ਵੈਰੀਫਾਈਡ ਐਪਸ ਹੁੰਦੀਆਂ ਨੇ, ਜਿੱਦਾਂ ਕੋਈ ਪਲੇ ਸਟੋਰ ਤੋਂ ਐਪ ਡਾਊਨਲੋਡ ਕਰਦਾ ਤਾਂ ਉਹਦੇ 'ਤੇ ਲਿਖਿਆ ਹੁੰਦਾ ਵੈਰੀਫਾਈਡ ਬਾਏ ਪਲੇ ਪ੍ਰੋਟੈਕਟ। ਸਿਮਿਲਰਲੀ ਕੋਈ ਐਪਲ ਸਟੋਰ ਤੋਂ ਕਰਦਾ ਤਾਂ ਉਹ ਵੀ ਵੈਰੀਫਾਈਡ ਬਾਏ ਐਪਲ ਹੁੰਦੀਆਂ ਨੇ। ਸਿਰਫ ਵੈਰੀਫਾਈਡ ਐਪਸ ਹੀ ਆਪਣੇ ਫੋਨ ਦੇ ਵਿੱਚ ਡਾਊਨਲੋਡ ਕਰੋ। ਸੋਸ਼ਲ ਮੀਡੀਆ ਦੇ ਉੱਤੇ ਜ਼ਿਆਦਾ ਇਨਵੈਸਟਮੈਂਟਸ ਦਾ ਝਾਂਸਾ ਦੇ ਕੇ, ਜ਼ਿਆਦਾ ਰਿਟਰਨ ਦਾ ਝਾਂਸਾ ਦੇ ਕੇ ਜਿਹੜੀਆਂ ਐਪਸ ਲੋਕ ਡਾਊਨਲੋਡ ਕਰਦੇ ਨੇ, ਉਹ ਵੀ ਬਹੁਤ ਹਾਰਮਫੁਲ ਨੇ, ਉਹਨਾਂ ਦੇ ਥਰੂ ਵੀ ਬਹੁਤ ਜ਼ਿਆਦਾ ਠੱਗੀਆਂ ਸਾਹਮਣੇ ਆ ਰਹੀਆਂ ਨੇ। ਇਹਨਾਂ ਐਪਸ ਲਈ ਆਪਣੇ ਵੱਲੋਂ ਕਾਰਵਾਈ ਅਮਲ 'ਚ ਲਿਆਉਂਦੀ ਜਾ ਰਹੀ ਹੈ? ਕੰਪਨੀ ਨੂੰ ਲਿਖਿਆ ਹੋਇਆ ਹੈ? ਬਿਲਕੁਲ, ਜੋ ਵੀ ਇਹ ਐਪਸ ਰਨ ਕਰਦੇ ਆ, ਜਿਸ ਤਰ੍ਹਾਂ ਸਾਡੇ ਕੋਲ ਕੋਈ ਕੰਪਲੇਂਟ ਆਉਂਦੀ ਹੈ, ਅਸੀਂ ਉਹਨਾਂ ਐਪਸ ਦੇ ਜੋ ਵੀ ਡਿਵੈਲਪਰ ਨੇ ਜਾਂ ਜਿਨ੍ਹਾਂ ਨੇ ਵੀ ਉਹਨੂੰ ਮਾਰਕੀਟ ਦੇ ਵਿੱਚ ਫਲੋਟ ਕੀਤਾ, ਸੋਸ਼ਲ ਮੀਡੀਆ ਹੈਂਡਲਸ 'ਤੇ ਪਾਇਆ, ਅਸੀਂ ਉਹਨਾਂ ਨੂੰ ਟਰੇਸ ਕਰਕੇ ਉਹਨਾਂ ਖਿਲਾਫ਼ ਕਾਰਵਾਈ ਕਰਦੇ ਹਾਂ। ਇੱਕ ਆਪਣੇ ਕੋਲ ਲੇਟੈਸਟ ਕੰਪਲੇਂਟ ਆਈ ਹੈ ਕਿਸੇ ਮਤਲਬ ਰਿਨੋਨ ਪਰਸਨੈਲਿਟੀ ਨਾਲ, 3 ਕਰੋੜ ਦੀ ਕੋਈ ਉਹ ਹੈ, ਫਰੋਡ ਹੋਇਆ, ਜੋ ਲੇਟੈਸਟ ਫਰੋਡ ਹੋਇਆ ਇਨਵੈਸਟਮੈਂਟ ਦੇ ਨਾਮ 'ਤੇ। ਸਾਡੇ ਕੋਲ ਹੁਣ ਪਿਛਲੇ ਹਫ਼ਤੇ ਹੀ ਇੱਕ ਐਪਲੀਕੇਸ਼ਨ ਆਈ ਸੀ ਜਿਹਦੇ ਵਿੱਚ ਉਹਨਾਂ ਨੇ ਤਕਰੀਬਨ 3.5 ਕਰੋੜ ਰੁਪਇਆ ਇਨਵੈਸਟਮੈਂਟ ਕੀਤਾ ਸਟੋਕਸ ਅਤੇ ਸ਼ੇਅਰ ਮਾਰਕੀਟ ਦੇ ਵਿੱਚ। ਅਗੇਨ ਉਹਨਾਂ ਨੇ ਇਹ ਇਨਵੈਸਟਮੈਂਟ ਸੋਸ਼ਲ ਮੀਡੀਆ 'ਤੇ ਕੋਈ ਅਨਵੈਰੀਫਾਈਡ ਐਪਲੀਕੇਸ਼ਨ ਦੇ ਥਰੂ ਕੀਤਾ, ਜੋ ਕਿ ਉਹ ਸਾਰਾ ਦਾ ਸਾਰਾ ਪੈਸਾ ਉਹਨਾਂ ਦਾ ਫਰੋਡਸਟਰਸ ਨੇ ਹੜੱਪ ਲਿਆ, ਅਤੇ ਹੁਣ ਉਹਨਾਂ ਦੀ ਕੋਈ ਇਨਵੈਸਟਮੈਂਟ ਨਹੀਂ ਹੈ, ਕੁਛ ਵੀ ਨਹੀਂ ਹੈ। ਸੋ ਅਗੇਨ ਮੈਂ ਇਸੇ ਚੀਜ਼ 'ਤੇ ਫੋਕਸ ਕਰੂੰਗਾ ਕਿ ਕੋਈ ਵੀ ਤੁਸੀਂ ਇਨਵੈਸਟਮੈਂਟ ਕਰਨੀ ਹੈ ਤਾਂ ਆਪਣੇ ਵੈਰੀਫਾਈਡ ਅਕਾਊਂਟਸ ਤੋਂ, ਵੈਰੀਫਾਈਡ ਵੈਬਸਾਈਟਸ ਤੋਂ ਜਾਂ ਆਪਣੇ ਬੈਂਕ ਦੇ ਥਰੂ ਹੀ ਕਰੋ। ਟੈਲੀਗ੍ਰਾਮ 'ਤੇ ਵੀ ਕੋਈ ਕੰਪਲੇਂਟ ਹੈ, ਟੈਲੀਗ੍ਰਾਮ ਦੇ ਰਿਗਾਰਡਿੰਗ ਕੋਈ ਫਰੋਡ ਹੋਇਆ? ਜੋ ਇੱਕ ਹੋਰ ਬਹੁਤ ਵੱਡੇ ਲੈਵਲ 'ਤੇ ਫਰੋਡ ਚੱਲ ਰਿਹਾ, ਉਹ ਚੱਲ ਰਿਹਾ ਟੈਲੀਗ੍ਰਾਮ ਦੇ ਥਰੂ।
ਤੁਹਾਨੂੰ ਉਹ ਘਰ ਬੈਠੇ ਪੈਸੇ ਕਮਾਉਣ ਦਾ ਝਾਂਸਾ ਦਿੰਦੇ ਨੇ। ਬਹੁਤ ਸਾਰੇ ਲੋਕ ਸੋਸ਼ਲ ਮੀਡੀਆ ਤੋਂ ਘਰ ਬੈਠੇ ਪੈਸੇ ਕਮਾਉਣ ਦੀਆਂ ਐਡਸ ਰਨ ਕਰਦੇ ਨੇ। ਉਸ ਤੋਂ ਬਾਅਦ ਉਹ ਤੁਹਾਨੂੰ ਟਾਸਕ ਦਿੰਦੇ ਨੇ, ਇਹਨੂੰ ਕਹਿੰਦੇ ਨੇ ਟਾਸਕ ਦਾ ਫਰੋਡ ਜੋ ਕਰਵਾਉਂਦੇ ਨੇ। ਇਨੀਸ਼ੀਅਲ ਇਨਵੈਸਟਮੈਂਟ ਉਹ ਤੁਹਾਡੇ ਤੋਂ 100, 150, 200, 300 ਰੁਪਏ ਦੀ ਕਰਵਾਉਣਗੇ ਅਤੇ ਤੁਹਾਨੂੰ ਕੁਝ ਟਾਸਕ ਦੇ ਕੇ ਤੁਹਾਨੂੰ ਡਬਲ ਪੈਸੇ ਵਾਪਸ ਕਰ ਦੇਣਗੇ। ਫਿਰ ਇੱਦਾਂ ਹੌਲੀ ਹੌਲੀ ਕਰਦੇ ਲੱਖਾਂ ਦੇ ਵਿੱਚ ਉਹ ਠੱਗੀ ਮਾਰਦੇ ਨੇ। ਜਦੋਂ ਤੁਸੀਂ ਜ਼ਿਆਦਾ ਅਮਾਊਂਟ ਉਹਨਾਂ ਨੂੰ ਦੇ ਦਿੰਦੇ ਹੋ ਲਾਲਚ ਦੇ ਵਿੱਚ ਆ ਕੇ ਹੋਰ ਟਾਸਕ ਕਰਨ ਲਈ, ਉਹ ਤੁਹਾਡੇ ਤੋਂ ਹੋਰ ਜ਼ਿਆਦਾ ਅਮਾਊਂਟ ਮੰਗਣਗੇ ਅਤੇ ਉਸ ਤੋਂ ਬਾਅਦ ਉਹ ਉਹਨਾਂ ਦੇ ਜਦੋਂ ਜ਼ਿਆਦਾ ਅਮਾਊਂਟ ਚੱਲਿਆ ਜਾਂਦਾ ਅਤੇ ਉਸ ਤੋਂ ਬਾਅਦ ਉਹ ਸਾਰਾ ਅਕਾਊਂਟ ਬੰਦ ਕਰ ਦਿੰਦੇ ਨੇ, ਤੁਹਾਨੂੰ ਬਲੌਕ ਕਰ ਦਿੰਦੇ ਨੇ ਅਤੇ ਸਾਰਾ ਪੈਸਾ ਹੜਪ ਲੈਂਦੇ ਨੇ। ਸੋ ਜਿੰਨੀ ਵੀ ਐਪਸ ਨੇ ਇਹਨਾਂ ਵੱਲੋਂ ਇੱਕੋ ਚੀਜ਼ ਇਹਨਾਂ 'ਚ ਓਰੀਜਨਲ ਪਾਈ ਜਾਂਦੀ ਹੈ, ਸਿਰਫ ਇਹਨਾਂ ਦੇ ਬੈਂਕ ਅਕਾਊਂਟ, ਅਤੇ ਉਸ ਦੇ ਬਾਅਦ ਫਰੋਡ ਹੋਣ ਤੋਂ ਬਾਅਦ ਉਹ ਬੈਂਕ ਅਕਾਊਂਟ ਵੀ ਮਤਲਬ ਬੰਦ ਕਰ ਦਿੱਤੇ ਜਾਂਦੇ ਅਤੇ ਬੈਂਕਾਂ 'ਤੇ ਕੋਈ ਕਾਰਵਾਈ ਅਮਲ 'ਚ ਲਿਆਉਂਦੀ ਜਿਹੜੀ ਕਿ ਜਿਹੜੇ ਫੇਕ ਡਾਕੂਮੈਂਟਸ ਦੇ ਉੱਤੇ ਇਹੋ ਜਿਹੇ ਅਕਾਊਂਟ ਖੋਲ੍ਹੇ ਜਾ ਰਹੇ ਨੇ। ਜੀ ਬਿਲਕੁਲ, ਅਸੀਂ ਸਮੇਂ ਤੋਂ ਸਮੇਂ ਟਾਈਮ ਟੂ ਟਾਈਮ ਅਸੀਂ ਜਿੰਨੇ ਵੀ ਬੈਂਕ ਅਕਾਊਂਟਸ ਨੇ ਅਸੀਂ ਵੈਰੀਫਿਕੇਸ਼ਨ ਆ ਸਾਡੇ ਡਿਪਾਰਟਮੈਂਟ ਵੱਲੋਂ ਚੱਲਦੀਆਂ ਰਹਿੰਦੀਆਂ ਨੇ। ਬਹੁਤ ਸਾਰੇ ਫੇਕ ਬੈਂਕ ਅਕਾਊਂਟ ਵੀ ਰੀਸੈਂਟਲੀ ਬੰਦ ਕਰਵਾਏ ਨੇ ਅਤੇ ਇਸ ਤਰ੍ਹਾਂ ਹੋਰ ਵੀ ਜਿਹੜੇ ਬੈਂਕ ਅਕਾਊਂਟ ਆਈਡੈਂਟੀਫਾਈ ਹੁੰਦੇ ਨੇ ਉਹ ਆਟੋਮੈਟਿਕਲੀ MHA ਦੇ ਜਿਹੜਾ ਪੋਰਟਲ ਆ cybercrime.gov.in ਰਾਹੀਂ ਉਹਨਾਂ ਨੂੰ ਫਰੀਜ਼ ਕੀਤਾ ਜਾਂਦਾ ਜਿਹੜੇ ਫਰੋਡਸਟਰ ਦੇ ਅਕਾਊਂਟ। ਤੁਸੀਂ ਵੀ ਸੁਣਿਆ SP ਹਰਿੰਦਰ ਮਾਨ ਵੱਲੋਂ ਜਿਹੜੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕਿਸੇ ਵੀ ਇਨਸਾਨ ਨੂੰ ਬਿਨਾਂ ਵੈਰੀਫਾਈ ਤੋਂ ਕਿਸੇ ਵੀ ਐਪ ਦੇ ਉੱਤੇ ਪੈਸੇ ਇਨਵੈਸਟ ਨਹੀਂ ਕਰਨੇ ਚਾਹੀਦੇ, ਦੂਜੇ ਪਾਸੇ ਕਿਸੇ ਵੀ ਗੱਲਾਂ ਦੇ ਵਿੱਚ ਚਾਂਸੇ ਦੇ ਵਿੱਚ ਨਹੀਂ ਆਉਣਾ ਚਾਹੀਦਾ। ਤੁਹਾਡੀ ਮਿਹਨਤ ਦੀ ਕਮਾਈ ਹੈ, ਤੁਸੀਂ ਬੜੇ ਮਿਹਨਤ ਦੇ ਨਾਲ ਕਮਾਈ ਹੈ, ਇਸ ਨੂੰ ਕਈ ਠੱਗ ਆਪਣੇ ਚੋਰੀ ਤਰੀਕੇ ਦੇ ਨਾਲ ਜਾਂ ਠੱਗੀ ਦੇ ਨਾਲ ਹੜੱਪਣਾ ਚਾਹੁੰਦੇ ਨੇ, ਤਾਂ ਲੋਕਾਂ ਨੂੰ ਅਵੇਅਰ ਹੋਣ ਦੀ ਲੋੜ ਹੈ। ਤਾਂ ਉਮੀਦ ਕਰਦੇ ਹਾਂ ਤੁਹਾਨੂੰ ਖਬਰ ਵਧੀਆ ਲੱਗੀ ਹੋਏਗੀ, ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰਿਓ, ਕਮੈਂਟ ਕਰਿਓ, ਜਿਹਦੇ ਨਾਲ ਕਿ ਕਿਸੇ ਵੀ ਬੰਦੇ ਦੀ ਇਸ ਤਰੀਕੇ ਦੀ ਔਨਲਾਈਨ ਠੱਗੀ ਨਾ ਹੋ ਸਕੇ, ਸਾਈਬਰ ਜਿਹੜੀ ਠੱਗੀ ਨਾ ਹੋ ਸਕੇ। ਤਾਂ ਉਮੀਦ ਕਰਦੇ ਹਾਂ ਤੁਸੀਂ ਵੀ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਕੇ ਆਪਣੇ ਦੋਸਤ ਮਿੱਤਰ ਤੱਕ ਜ਼ਰੂਰ ਪਹੁੰਚਾਓਗੇ।